ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਦੇ ਉੱਪਰ ਪੰਜਾਬ ਦਿਨ ਭਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਵਿਸਥਾਰ ਨਾਲ ਗੱਲਬਾਤ ਕਰਾਂਗੇ ਤਮਾਮ ਖਬਰਾਂ ਦੇ ਬਾਰੇ। ਸ਼ੁਰੂਆਤ ਕਰਦੇ ਹਾਂ ਦਿੱਲੀ ਦੇ ਵਿੱਚ ਹੋਈ ਮਹਾਂ ਰੈਲੀ ਦੇ ਬਾਰੇ। ਜੀ ਹਾਂ, ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਇੰਡੀਆ ਗੱਠਜੋੜ ਦੇ ਵੱਲੋਂ ਮਹਾਂਰੈਲੀ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ 2024 ਤੋਂ ਠੀਕ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਜਿਸ ਤਰੀਕੇ ਦੇ ਨਾਲ ਈਡੀ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਸੀ, ਤਾਂ ਉਸ ਨੂੰ ਜਿਹੜਾ ਆਧਾਰ ਬਣਾ ਕੇ ਅੱਜ ਇੰਡੀਆ ਗੱਠਜੋੜ ਦੀਆਂ ਤਮਾਮ ਵਿਰੋਧੀ ਧਿਰਾਂ ਦੇ ਵੱਲੋਂ ਰਾਮਲੀਲਾ ਗਰਾਊਂਡ ਦੇ ਵਿੱਚ ਜਿਹੜੀ ਹੈ ਉਹ ਮਹਾਂਰੈਲੀ ਕੀਤੀ ਗਈ, ਜਿਸ ਦੇ ਵਿੱਚ ਮੰਚ ਤੋਂ ਸੰਬੋਧਨ ਕਰਦੇ ਇਹਨਾਂ ਲੀਡਰਾਂ ਦੇ ਵੱਲੋਂ ਜਿਹੜਾ ਹੈ ਉਹ ਬੀਜੇਪੀ ਦੀ ਮੋਦੀ ਸਰਕਾਰ ਨੂੰ ਜਿਹੜਾ ਹੈ ਉਹ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੀ ਰਾਜਨੀਤੀ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਚੱਲ ਰਹੀ ਹੈ ਉਹ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਇਸ ਮੌਕੇ ਦੇ ਉੱਪਰ ਹੋਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿਓ। ਧੰਨਵਾਦ ਕਰਤਾ ਹੂੰ ਕਿ ਅੱਜ ਉਹਨੇ ਅਰਵਿੰਦ ਕੇਜਰੀਵਾਲ ਜੀ ਕੇ ਜੇਲ ਮੇ ਡਾਲਨੇ ਕੇ ਵਿਰੋਧ ਮੇ ਯਹਾਂ ਆ ਕੇ ਹਮਾਰਾ ਹੌਸਲਾ ਬੜਾਇਆ। ਇੱਕ ਵਾਰ ਮੈਂ ਤਾਲੀਆਂ ਚਾਹੂੰਗਾ ਆਪਕੀ ਤਰਫ ਸੇ ਵੀ। ਮੈਂ ਕੋਈ ਸਪੀਚ ਨਹੀਂ ਦੇਣੇ ਵਾਲਾ ਹੂੰ, ਮੈਂ ਬਹੁਤ ਜੂਨੀਅਰ ਹੂੰ, ਬਹੁਤ ਹੀ ਸੀਨੀਅਰ ਲੋਕ ਬੈਠੇ ਹੈ, ਲੇਕਿਨ ਇਤਨਾ ਮੈਂ ਕਹੂੰਗਾ ਕਿ ਲੋਕਤੰਤਰ ਖਤਰੇ ਮੇ ਹੈ, ਦੇਸ਼ ਕਾ ਲੋਕਤੰਤਰ ਖਤਰੇ ਮੇ ਹੈ। ਇਨਕੋ ਯੇ ਲਗਤਾ ਹੈ ਕਿ ਐਸੇ ਹਮ ਚਲਾ ਲੇਂਗੇ, ਡੰਡੇ ਸੇ ਚਲਾ ਲੇਂਗੇ, ਯੇ ਦੇਸ਼ ਕਿਸੀ ਕੇ ਬਾਪ ਕੀ ਜਾਗੀਰ ਨਹੀਂ ਹੈ, ਯੇ 140 ਕਰੋੜ ਲੋਕੋ ਕਾ ਦੇਸ਼ ਹੈ, ਯੇ ਆਜ਼ਾਦੀ ਹਮੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ ਜੈਸੇ ਹਜ਼ਾਰੋਂ ਯੋਧਾਓਂ ਨੇ ਆਪਣੀ ਜਵਾਨੀ ਮੇ ਗਲੇ ਮੇ ਫਾਂਸੀ ਕੇ ਰੱਸੇ ਲਟਕਾ ਕੇ ਯੇ ਆਜ਼ਾਦੀ ਹਮੇ ਦੀ ਹੈ, ਯੇ ਇਨਕੇ ਕਿਸੀ ਬਾਪ ਦਾਦੇ ਕੀ ਜਾਗੀਰ ਨਹੀਂ ਹੈ। ਕਿਆ ਸਮਝਤੇ ਹੈ ਯੇ, ਇਸਕੋ ਵੀ ਅੰਦਰ ਕਰ ਦੋ, ਇਸਕੋ ਵੀ ਅੰਦਰ ਕਰ ਦੋ, ਜੋ ਹਸਪਤਾਲ ਬਣਾਤਾ ਉਸਕੋ ਅੰਦਰ ਕਰ ਦੋ, ਜੋ ਸਕੂਲ ਬਣਾਤਾ ਉਸਕੋ ਅੰਦਰ ਕਰ ਦੋ, ਕਾਂਗਰਸ ਪਾਰਟੀ ਕੇ ਖਾਤੇ ਫਰੀਜ਼ ਕਰ ਦੋ, ਕਿਸੀ ਕੇ ਨੇਤਾ ਫਰੀਜ਼ ਕਰ ਦੋ, ਐਸੇ ਜੀਤ ਲੋਗੇ। ਹਮ ਵੋ ਪੱਤੇ ਨਹੀਂ ਹੈ, ਹਮ ਵੋ ਪੱਤੇ ਨਹੀਂ ਹੈ ਜੋ ਸ਼ਾਖ ਸੇ ਟੂਟ ਕਰ ਗਿਰ ਜਾਏਂਗੇ, ਆਂਧੀਓ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ। ਸਮਝਤੇ ਕਿਆ ਹੈ, ਅਰਵਿੰਦ ਕੇਜਰੀਵਾਲ ਕੋ ਅੰਦਰ ਕਰ ਦੋ, ਹੇਮੰਤ ਸੋਰੇਨ ਕੋ ਅੰਦਰ ਕਰ ਦੋ, ਇਸਕੇ ਘਰ ਈਡੀ ਭੇਜ ਦੋ, ਇਸਕੇ ਘਰ ਇਸਕੀ ਐਮਪੀਸ਼ਿਪ ਕੈਂਸਲ ਕਰ ਦੋ, ਇਸਕਾ ਘਰ ਛੀਨ ਲੋ। ਅਰੇ ਮਾਲਿਕ ਤੁਮ ਹੋ, ਇਨ ਘਰੋਂ ਕੇ ਮਾਲਿਕ ਤੁਮ ਹੋ, ਇਨ ਘਰੋਂ ਕੀ ਮਾਲਿਕ 140 ਕਰੋੜ ਜਨਤਾ ਹੈ, ਕੋਈ ਪਤਾ ਨਹੀਂ ਕਿਸ ਘਰ ਮੇ ਲੋਗੋ ਨੇ ਕਿਸ ਕੋ ਪਹੁੰਚਾਨਾ ਹੈ, ਯੇ ਗਲਤ ਫਹਿਮੀ ਮੇ ਹੈ। ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਆਜ ਸੁਨੀਤਾ ਜੀ, ਆਜ ਕਲਪਨਾ ਜੀ ਬੈਠੇ ਹੈ, ਸੋਨੀਆ ਜੀ ਬੈਠੇ ਹੈ, ਮੈਂ ਨਮਸਕਾਰ ਕਰਤਾ ਹੂੰ, ਨਮਨ ਕਰਤਾ ਹੂੰ ਕਿ ਇਹਨੇ ਇਤਨੇ ਦੁੱਖ ਝੇਲੇ, ਇਹਨੇ ਕਿਆ ਕਿਆ ਨਹੀਂ ਦੇਖਾ ਆਪਣੀ ਜ਼ਿੰਦਗੀ ਮੇ, ਆਂਧੀਆਂ ਤੂਫਾਨ ਝੇਲੇ, ਲੇਕਿਨ ਫਿਰ ਵੀ ਇਤਨੇ ਹੌਸਲੇ ਵਾਲੇ ਬੈਠੇ ਹੈ, ਔਰ ਆਪਕੇ ਸਾਥ ਹੈ, ਆਪਕਾ ਪਿਆਰ ਜੋ ਹੈ ਸਭਸੇ ਬੜੀ ਆਕਸੀਜਨ ਹੋ, ਆਪਕਾ ਪਿਆਰ ਹੈ। ਇਹ ਤਾਲੀਆਂ ਕਿਸੀ ਕੋ ਐਸੇ ਨਹੀਂ ਮਿਲਤੀ, ਕਿਸੀ ਕੋ ਦਿਹਾੜੀ ਦੇ ਕੇ ਮੋਦੀ ਮੋਦੀ ਕਰਵਾਨਾ ਬਹੁਤ ਈਜ਼ੀ ਹੈ, ਜਬ ਕੋਈ ਦਿਲ ਸੇ ਬੋਲਤਾ ਹੈ ਨਾ ਵੋ ਬਾਤ ਅਸਰ ਰੱਖਤੀ ਹੈ,
जब दिल से बोलता है, ये देश के टुकड़े टुकड़े करना चाहते हैं जैसे राहुल जी कह रहे हैं, ये देश को नफरत की आंधी में लेके गए हुए हैं, ये सीएए लेके आए। मैं पार्लियामेंट में था, मैं एमपी था तब, मैंने कहा जी मुझे बोलने का मौका दीजिए, कहते नहीं जी, मैंने कहा जी 30 सेकंड, कहते जी, मैंने कहा जी 30 सेकंड, कहते 30 सेकंड में क्या बोलोगे, नहीं, मैंने कहा जी 20 सेकंड, कहते 20, मैंने कहा हाँ, स्पीकर साहब कहने लगे आपका समय शुरू होता है अब, तो मैंने 20 सेकंड में बोला, मैंने कहा लंबे सफर को मीलों में मत बांटिए, कौम को कबीलों में मत बांटिए, एक बहता दरिया है मेरा भारत देश, इसको नदियों और झीलों में मत बांटिए। अरविंद केजरीवाल को तो गिरफ्तार कर लोगे, लेकिन उसकी सोच को कैसे गिरफ्तार करोगे? जो लाखों अरविंद केजरीवाल देश में पैदा हो चुके हैं, उनको किस जेल में कैद करोगे? अरविंद केजरीवाल एक व्यक्ति नहीं है, अरविंद केजरीवाल एक सोच का नाम है। इंडिया गठजोड़ इकट्ठे हैं, सब इकट्ठे हैं, आज सभी के, मेरे ख्याल में कईयों के तो कैमरे भी कांपने लग गए होंगे, ये इकट्ठे कैसे बैठ गए, ये चाहते नहीं हम इकट्ठे बैठे, कभी ये इधर से कभी इधर से कोई हवा। लेकिन मैं ये कहना चाहता हूं सबको कि आओ इकट्ठे हो जाएं, और इन भ्रष्टाचारियों को कह दो, भगवंत मान ने बोला था, इन भ्रष्टाचारियों को कह दो कि जितने मर्जी इकट्ठे कर लो पैसे हीरे मोती, मगर ख्याल इतना रहे कफन पे जेब नहीं होती, कोई पैसा साथ नहीं जाएगा। लूट लो देश को, कितना लूटना है, गरीबों की बद्दुआएं ना लो, गरीबों की बद्दुआएं ना लो। हर बात पे झूठ चल रहा है, हर बात पे झुमला चल रहा है, झूठ पे झूठ, झुमले पे झुमला। अभी झुमले बनाने वाली फैक्ट्रियां चल रही हैं, अभी आने वाले दिनों में आपके पास नए नए झुमले आएंगे, यकीन मत करना। मैंने तो पार्लियामेंट में बोल दिया था, मैंने कहा जी 15 लाख की रकम लिखता हूं तो कलम रुक जाती है, 15 लाख की रकम लिखता हूं तो कलम रुक जाती है, काले धन के बारे में सोचता हूं तो स्याही सूख जाती है, हर बात ही झुमला निकली। मोदी जी अब तो ये भी शक है, क्या चाय बनानी आती है? मुझे लगता चाय भी नहीं बनानी आती होगी, जिस किस्म का झूठ चल रहा है। दोनों हाथ ऊपर खड़े करके दो नारे लगा दीजिए, इनकलाब इनकलाब, भारत माता की, वंदे, बोले सोनिहाल। बहुत बहुत धन्यवाद, बहुत धन्यवाद। अगली खबर तख्त श्री हजूर साहब जाने वाले श्रद्धालुओं वास्ते, तुहानू दस दिए कि श्रद्धालुओं नू एक बार फिर तो वड्डी सौगात मिली है, जिहड़ियां फ्लाइट पहला कोरोना काल वेले बंद हो गई सी, फ्लाइट नू मुड़ चालू कर दिता गया। यह फ्लाइट आदमपुर एयरपोर्ट तो लैके हिडन एयरपोर्ट गाजियाबाद, उस तो बाद सीधी जी है नांदेड़ एयरपोर्ट के उपर पहुँचेगी, जिस तों बाद जिहड़ा श्रद्धालुओं का कई दिनों का सफर से हुण घट के महज 3.5 घंटे का रह जाएगा, और पहली फ्लाइट जी है जो आदमपुर तो रवाना हो चुकी है, जिसका जायजा लिया दैनिक सवेरा की टीम। आदमपुर एयरपोर्ट होया शुरू, दिल्ली का 8 घंटे का सफर 1 घंटे च होगा पूरा। आदमपुर तो नदेड़ साहिब ली पहली उड़ान भरी, पहला स्टॉप हिंडन एयरपोर्ट ते रखिया।
ਜਲੰਧਰ ਦਾ ਆਦਮਪੁਰ ਹਵਾਈ ਅੱਡਾ ਅੱਜ ਤੋਂ ਸ਼ੁਰੂ ਹੋ ਗਿਆ। ਕਰੀਬ 4 ਸਾਲਾਂ ਬਾਅਦ ਅੱਜ ਦੁਪਹਿਰ 12:50 ਆਦਮਪੁਰ ਤੋਂ ਨਦੇੜ ਸਾਹਿਬ ਲਈ ਪਹਿਲੀ ਉਡਾਨ ਭਰੀ। ਇਸ ਦਾ ਪਹਿਲਾ ਸਟਾਪ ਹਿੰਡਨ 에ਅਰਪੋਰਟ ਤੇ ਰੱਖਿਆ ਗਿਆ। ਉੱਥੋਂ ਉਕਤ ਫਲਾਈਟ ਨਦੇੜ ਸਾਹਿਬ ਲਈ ਰਵਾਨਾ ਹੋਵੇਗੀ। ਉੱਥੇ ਹੀ ਦੂਸਰੇ ਦਿਨ ਸਵੇਰੇ ਬੈਂਗਲੁਰੂ ਤੋਂ 7:15 ਨਦੇੜ ਸਾਹਿਬ ਤੋਂ 8:35 ਨਦੇੜ ਸਾਹਿਬ ਤੋਂ 9:00 ਫਲਾਈਟ ਚੱਲੇਗੀ, ਜੋ ਕਿ 11:00 ਦਿੱਲੀ ਪਹੁੰਚੇਗੀ। ਇਸ ਤੋਂ ਬਾਅਦ 11:25 ਤੋਂ ਹਿੰਡਨ ਤੇ ਚੱਲਣ ਵਾਲੀ ਫਲਾਈਟ 11:25 ਤੇ ਆਦਮਪੁਰ ਪਹੁੰਚੇਗੀ। ਦੱਸਦੇ ਕਿ ਦੁਆਬਾ ਪ੍ਰਵਾਸੀ ਭਾਰਤੀਆਂ ਦਾ ਹੱਬ ਮੰਨਿਆ ਜਾਂਦਾ ਹੈ, ਇਸ ਲਈ ਉਹਨਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ। ਹੁਣ ਤੁਹਾਨੂੰ ਦਿੱਲੀ ਜਾਣ ਲਈ 9 ਘੰਟੇ ਦਾ ਸਫ਼ਰ ਨਹੀਂ ਕਰਨਾ ਪਵੇਗਾ। ਉਪਰੋਕਤ ਰੂਟ ਫਲਾਈਟ ਵਿੱਚ ਸਿਰਫ 1 ਘੰਟੇ ਵਿੱਚ ਕਵਰ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਹੈ। ਦੱਸਦੇ ਕਿ ਕੇਂਦਰ ਸਰਕਾਰ ਵੱਲੋਂ ਕਰੀਬ 2 ਹਫ਼ਤੇ ਪਹਿਲਾਂ ਆਦਮਪੁਰ ਹਵਾਈ ਅੱਡੇ ਤੇ ਸਟਾਫ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਉਡਾਨਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਦੱਸਦੇ ਕਿ ਇਸ ਹਵਾਈ ਅੱਡੇ ਤੋਂ ਹਿੰਡਨ, ਸ੍ਰੀ ਨਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਨਾਂ ਲਈ ਰੂਟ ਅਲਾਟ ਕੀਤੇ ਗਏ ਹਨ। ਲੋਕ ਸਭਾ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਮੁਸ਼ਤਹਿਦੀ ਦੇ ਨਾਲ ਆਪਣਾ ਕੰਮ ਕਰ ਰਿਹਾ, ਜਿਸ ਦੇ ਚੱਲਦੇ ਜਲੰਧਰ ਦੇ ਵਿੱਚ ADGP ਦੀ ਅਗਵਾਈ ਦੇ ਵਿੱਚ ਜਿਹੜੀ ਹੈ ਉਹ ਮੌਕ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਦੇ ਵਿੱਚ ਕੀ ਕੁਝ ਕੀਤਾ ਗਿਆ, ਕਿਸ ਤਰੀਕੇ ਦਾ ਜਿਹੜਾ ਉਹਨਾਂ ਦੇ ਵੱਲੋਂ ਤਿਆਰੀ ਦਿਖਾਈ ਗਈ ਹੈ, ਆਓ ਦੇਖ ਲੈਂਦੇ ਹਾਂ ਇਸ ਰਿਪੋਰਟ। ਬੇਸਿਕਲੀ ਮਾਨਯੋਗ CP ਸਾਹਿਬ ਦੇ ਨਿਰਦੇਸ਼ਨ ਹੇਠ ਜਿਹੜਾ ਹੈਗਾ ਇਲੈਕਸ਼ਨ ਦੀ ਜਿਹੜੀ ਪ੍ਰਿਪੇਅਰਨੈਸ ਹੈ ਉਹਨੂੰ ਚੈੱਕ ਕਰਨ ਵਾਸਤੇ ਸਾਡੇ ਮੁਲਾਜ਼ਮ ਹੈਗੇ FST SST ਟੀਮ ਹੈ, ਉਹਨਾਂ ਨੇ ਅਵੇਅਰ ਕਰਨ ਵਾਸਤੇ ਇਹਨਾਂ ਦਾ ਰਿਸਪੋਂਸ ਟਾਈਮਸ ਜਿਹੜਾ ਹੈਗਾ ਉਹ ਘੱਟ ਤੋਂ ਕਰਨ ਲਈ ਜਿਹੜਾ IEEE ਦੇ ਜਿਹੜਾ ਕੋਆਰਡੀਨੇਸ਼ਨ 'ਤੇ ਆ ਜਿਹੜੀ ਡਰਿੱਲ ਹੋਈ ਹੈ, ਇਸ ਡਰਿੱਲ ਨੂੰ CP ਸਾਹਿਬ ਕੰਟਰੋਲ ਰੂਮ ਤੋਂ ਡਾਇਰੈਕਟਲੀ ਇਸ ਚੀਜ਼ ਨੂੰ ਵੋਚ ਕਰ ਰਹੇ ਹੈਗੇ। ਸਾਡਾ ਜਿਹੜਾ ਮੇਨ ਮਕਸਦ ਸੀ, ਅਸੀਂ ਇੱਕ ਡੈਮੋ ਐਕਸਰਸਾਈਜ਼ ਕ੍ਰੀਏਟ ਕੀਤੀ ਸੀਗੀ ਜਿੱਥੇ ਅਸੀਂ PNB ਚੌਕ 'ਤੇ ਇੱਕ ਕਿਹਾ ਸੀਗਾ ਕਿ ਇੱਥੇ ਪ੍ਰੋਟੈਸਟਰ ਆਏ ਹੋਏ ਉਹ ਸਾਡੇ ਮੁਲਾਜ਼ਮ ਵੱਲੋਂ ਜਿਹੜਾ ਇੱਕ ਫੋਨ ਕੰਟਰੋਲ ਰੂਮ ਨੂੰ ਕੀਤਾ ਗਿਆ ਸੀ। ਮਿਨੀਮਮ 5 ਮਿੰਟ ਦੇ ਅੰਦਰ ਸਾਡੇ ACP ਸਾਹਿਬਾਨ, ਨੀਅਰੈਸਟ SSO ਸਾਹਿਬਾਨ ਅਤੇ 5 PCR ਮੌਕੇ ਇਮੀਡੀਏਟਲੀ 5 ਮਿੰਟ ਦੇ ਅੰਦਰ ਪਹੁੰਚ ਗਏ ਸੀ। 10 ਮਿੰਟ ਦੇ ਅੰਦਰ ਸਾਡੇ 3 SHO, 2 ACP ਸਾਹਿਬਾਨ ਅਤੇ ਜਿਹੜੀ 10 PCR ਇਨਕਲੂਡਿੰਗ FST SST ਟੀਮ ਹੈ ਉਹ ਮੌਕੇ 'ਤੇ ਸੀ। ਸੋ ਸਾਡਾ ਜਿਹੜਾ ਮੇਨ ਜਿਹੜਾ ਐਕਸਰਸਾਈਜ਼ ਦਾ ਮਕਸਦ ਸੀ ਉਹ ਕਾਫੀ ਹੱਦ ਤੱਕ ਇਹਦੇ ਤੋਂ ਕੰਪਲੀਟ ਹੋਇਆ ਸੀ। ਅਸੀਂ ਚਾਹੁੰਦੇ ਸੀ ਕਿ ਸਾਡਾ ਰਿਸਪੋਂਸ ਟਾਈਮ ਕੀ ਹੈਗਾ, ਬਾਕੀ ਜਿਹੜੇ ਇਹਦੇ 'ਚ ਕੁਝ ਕਮੀਆਂ ਹੈਗੀ ਉਹ ਅਸੀਂ ਜਿਹੜਾ ਇਸ ਐਕਸਰਸਾਈਜ਼ ਤੋਂ ਬਾਅਦ 'ਚ ਜਿਹੜਾ ਵੀ ਰਿਵਿਊ ਕਰਕੇ ਅਸੀਂ ਉਸ ਚੀਜ਼ ਨੂੰ ਹੋਰ ਬੈਟਰ ਕਰ ਲਵਾਂ। ਸਰ, ਧਰਨੇ ਕੇ ਸਾਥ ਸਾਥ ਅਗਰ ਕੋਈ ਹੋਰ ਵੀ ਵਾਰਦਾਤ ਹੋਤੀ ਹੈ ਤੋ ਵੀ ਰਿਸਪੋਂਸ ਸਿਸਟਮ? ਇਹ ਬੜਾ ਸਿੰਪਲ ਹੈ ਕਿ ਇਸਮੇ ਸਿਚੁਏਸ਼ਨ ਕੇ ਮੁਤਾਬਿਕ ਹਮਨੇ ਟਾਈਮਿੰਗ ਨਹੀਂ ਰਹੇਗੀ, ਸਿਚੁਏਸ਼ਨ ਕੇ ਮੁਤਾਬਿਕ ਰਿਐਕਟ ਕਰਨਾ ਹੈ। ਜੋ ਅਗਰ ਦਰਦ ਉਹ ਕੋਈ ਸਿਚੁਏਸ਼ਨ ਹੈ ਉਸਕੇ ਮੁਤਾਬਿਕ ਇਹ ਸਿਚੁਏਸ਼ਨ ਸਪੈਸੀਫਿਕ ਹੈ, ਕਿਉਂਕਿ ਇਸ ਸਿਚੁਏਸ਼ਨ ਮੇਂ ਹਮਨੇ 100 ਸੇ 120 ਬੰਦੇ ਕਾ ਜੋ ਧਰਨਾ ਹੈ ਵੋ ਐਕਸਪੈਕਟਿਡ ਬਤਾਇਆ ਥਾ, ਤੋ ਉਸ ਹਿਸਾਬ ਸੇ ਹਮਨੇ ਰਿਸਪੋਂਸ ਔਰ ਜੋ ਫੋਰਸ ਹੈ ਵੋ ਮੋਬਿਲਾਈਜ਼ ਕੀ ਹੈ। ਅਗਰ ਕੋਈ ਛੋਟਾ ਅਗਰ ਇਸ ਸੇ ਰਿਲੇਟਡ ਜਾਂ ਉਸ ਸੇ ਬੜਾ ਹੋ ਤੋ ਅਕੋਰਡਿੰਗਲੀ ਫਿਰ ਉਸ ਇਹ ਸਿਚੁਏਸ਼ਨ ਸਪੈਸੀਫਿਕ। ਜੋ ਫਸਟ ਟਾਈਮਿੰਗ PCR ਕੀ ਰਹੀ ਹੈ 2 ਮਿੰਟ ਕੀ, ਸਪੋਰਟ ਪੇ ਤੇ ਆਪਨੇ ਦੇਖਾ ਕਿ 2 ਮਿੰਟ ਕੇ ਅੰਦਰ ਹਮਾਰੀ ਇੱਕ PCR ਆ ਗਈ ਥੀ, 5 ਮਿੰਟ ਮੇਂ ਹਮਾਰੇ ACP ਸਾਹਿਬ ਔਰ SHO ਸਾਹਿਬ ਮੌਕੇ ਪੇ ਆ ਗਏ ਥੀ। ਤੋ ਇਹ ਹਮੇਸ਼ਾ ਹਮਾਰਾ ਜੋ ਕਾਮ ਹੈ ਕਿ ਜੋ ਹਮਾਰਾ ਜੋ ਪੁਲਿਸ ਕਾ ਜੋ ਜਲੰਧਰ ਪੁਲਿਸ ਕੀ ਜੋ ਐਕਟਿਵਨੈਸ ਹੈ ਉਸਕੋ ਔਰ ਐਕਟਿਵ ਕਰਨਾ ਔਰ ਰਿਸਪੋਂਸ ਟਾਈਮ ਕੋ ਔਰ ਕਮ ਕਰਨਾ ਇਹ ਹਮਾਰਾ ਮਕਸਦ ਹੈ। ਉਦੋਂ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੱਧ ਪ੍ਰਦੇਸ਼ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਿਸਤੌਲਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ 4 ਮੈਂਬਰ ਕਾਬੂ ਕੀਤੇ ਗਏ ਨੇ, ਜਿਨ੍ਹਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਨਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ, ਜਿਸ ਦੀ ਜਾਣਕਾਰੀ ਖੁਦ ਪੁਲਿਸ ਪ੍ਰਸ਼ਾਸਨ ਨੇ ਦਿੱਤੀ। ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਿਸ ਸੰਬੰਧ 'ਚ ਕੀਤੀ ਗਈ ਹੈ?
ਮਾਨਯੋਗ ਕਮਿਸ਼ਨ ਸਾਹਿਬ ਜੀ ਦੀਆਂ ਹਦਾਇਤਾਂ ਮੁਤਾਬਕ ਜਿਹੜੀ ਸਾਡੀ 28-3 ਨੂੰ ਪੁਲਿਸ ਪਾਰਟੀ ਇੱਥੋਂ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਰਵਾਨਾ ਸੀਗੀ ਅਤੇ ਕਹਿਰੀ ਕਪੂਲੀ ਇਲਾਕੇ ਜਿਹੜੇ ਦੋ ਜਿਹੜੇ ਦੋਸ਼ੀ ਆ ਉਹ ਸ਼ੱਕੀ ਉਹ ਗ੍ਰਿਫਤਾਰ ਕੀਤੇ ਸੀਗੇ। ਉਹਨਾਂ ਤੋਂ ਮੌਕੇ 'ਤੇ ਹੀ ਜਿਹੜੇ ਮੈਂ 4 ਚੋਰੀ ਦੇ ਮੋਬਾਈਲ ਰਿਕਵਰ ਕਰਵਾਏ ਸੀਗੇ ਉਹਨਾਂ ਨੇ, ਅਤੇ ਇੱਕ ਦਫ਼ਤਰ ਉਹਨਾਂ ਤੋਂ ਰਿਕਵਰ ਕੀਤਾ ਗਿਆ ਸੀਗਾ, ਅਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ, ਅਤੇ ਬਾਅਦ ਵਿੱਚ ਇਹਨੀ 2 ਜਿਹੜੇ ਮੋਬਾਈਲ ਹੈਗੇ ਆ ਚੋਰੀ ਦੇ ਹੋਰ ਰਿਕਵਰ ਕਰਵਾਏ। ਸਰ ਇਹਨਾਂ 'ਤੇ ਪਹਿਲੇ ਕੋਈ ਮਾਮਲਾ ਦਰਜ ਜੀ? ਇਹਨਾਂ 'ਤੇ ਪਹਿਲਾਂ ਵੀ ਮਾਮਲੇ ਚੋਰੀ ਦੇ ਮਾਮਲੇ ਦਰਜ। ਸ਼ਨੀਵਾਰ ਰਾਤ ਬੀਜੇਪੀ ਦੇ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਪਹਿਲੀ 6 ਉਮੀਦਵਾਰਾਂ ਦੀ ਲਿਸਟ ਪੰਜਾਬ ਦੇ ਲਈ ਜਿਹੜੀ ਤਿਆਰ ਕੀਤੀ ਗਈ ਸੀ ਉਸ ਨੂੰ ਐਲਾਨ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਲਿਸਟ ਦੇ ਵਿੱਚ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਜਿਹੜੀ ਉਹ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ, ਔਰ ਖਾਸ ਗੱਲ ਇਹ ਹੈ ਕਿ ਇਸ ਵਾਰ ਕਿਸੇ ਵੀ ਸੈਲੈਬ੍ਰਿਟੀ ਨੂੰ ਪੰਜਾਬ ਦੇ ਵਿੱਚ ਟਿਕਟ ਨਹੀਂ ਦਿੱਤੀ ਗਈ। ਇਹ ਕਿਹੜੇ ਲੋਕ ਨੇ, ਕਿਹੜੇ ਉਮੀਦਵਾਰਾਂ ਦੇ ਉੱਪਰ ਬੀਜੇਪੀ ਦੀ ਪਾਰਟੀ ਦੇ ਵੱਲੋਂ ਪਹਿਲੀ ਲਿਸਟ ਦੇ ਵਿੱਚ ਦਾਖਲ ਹੈ ਗਿਆ, ਦੇਖਦੇ ਹਾਂ ਇਸ ਰਿਪੋਰਟ। ਪੰਜਾਬ 'ਚ ਪਹਿਲੀ ਵਾਰ ਬੀਜੇਪੀ 13 ਸੀਟਾਂ 'ਤੇ ਲੜ ਰਹੀ ਹੈ ਚੋਣ। ਬੀਜੇਪੀ ਵੱਲੋਂ 6 ਉਮੀਦਵਾਰਾਂ ਦੇ ਨਾਂ ਦਾ ਐਲਾਨ। 3 ਮੌਜੂਦਾ ਸਾਂਸਦਾਂ ਨੂੰ ਮੁੜ ਮੈਦਾਨ 'ਚ ਉਤਾਰਿਆ। ਹੁਣ ਇੱਕ ਵਾਰੀ ਗ੍ਰਾਫਿਕਸ ਰਾਹੀਂ ਸਮਝਾਉਂਦੇ ਹਾਂ ਕਿ ਕਿਹੜਾ ਉਮੀਦਵਾਰ ਕਿਸ ਪਾਰਟੀ 'ਚ ਆਇਆ। ਪ੍ਰਨੀਤ ਕੌਰ ਪਟਿਆਲਾ ਤੋਂ ਉਮੀਦਵਾਰ, 2019 'ਚ ਪਟਿਆਲਾ ਤੋਂ ਕਾਂਗਰਸ ਦੇ ਸਾਂਸਦ। ਰਵਨੀਤ ਬਿੱਟੂ ਨੂੰ ਲੁਧਿਆਣਾ ਦਾ ਉਮੀਦਵਾਰ, 2019 'ਚ ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ। ਸੁਸ਼ੀਲ ਰਿੰਕੂ ਜਲੰਧਰ ਤੋਂ ਉਮੀਦਵਾਰ, 2023 'ਚ ਜਲੰਧਰ ਤੋਂ ਆਪ ਦੇ ਸਾਂਸਦ। ਹੰਸਰਾਜ ਹੰਸ ਨੂੰ ਫਰੀਦਕੋਟ ਤੋਂ ਟਿਕਟ, 2019 'ਚ ਉੱਤਰ ਪੱਛਮੀ ਦਿੱਲੀ ਤੋਂ ਬੀਜੇਪੀ ਦੇ ਸਾਂਸਦ। ਗੁਰਦਾਸਪੁਰ ਸੀਟ ਤੋਂ ਸਨੀ ਦਿਓਲ ਦੀ ਟਿਕਟ ਕੱਟੀ, ਸਥਾਨਕ ਆਗੂ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦਿੱਤੀ। 2007, 2012, 2017 'ਚ ਸੁਜਾਨਪੁਰ ਤੋਂ ਬੀਜੇਪੀ ਦੇ ਵਿਧਾਇਕ। ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਤੋਂ ਉਮੀਦਵਾਰ, ਐਕਸ IFS ਅਧਿਕਾਰੀ। ਬੀਜੇਪੀ ਵੱਲੋਂ ਸ਼ਨੀਵਾਰ ਨੂੰ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਕੁੱਲ 13 ਲੋਕ ਸਭਾ ਸੀਟਾਂ 'ਚੋਂ 6 ਸੀਟਾਂ ਲਈ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਕਾਬਲੇ ਗੌਰ ਹੈ ਕਿ ਪਹਿਲੀ ਵਾਰ ਬੀਜੇਪੀ ਪੰਜਾਬ 'ਚ ਆਪਣੇ ਬਲ ਤੇ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ। 2019 ਤੱਕ ਸਿਰਫ 3 ਲੋਕ ਸਭਾ ਸੀਟਾਂ 'ਤੇ ਚੋਣ ਲੜਨ ਵਾਲੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ 13 ਸੀਟਾਂ 'ਤੇ ਯੋਗ ਉਮੀਦਵਾਰ ਖੜੇ ਕਰਨ ਦੀ ਹੈ। ਪੰਜਾਬ ਦੀ ਪਹਿਲੀ ਲਿਸਟ 'ਚ ਜਿਹੜੇ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਉਹਨਾਂ 'ਚੋਂ 3 ਮੌਜੂਦਾ ਸਾਂਸਦਾਂ ਨੂੰ ਮੁੜ ਮੈਦਾਨ 'ਚ ਉਤਾਰਿਆ ਗਿਆ, ਜਿਸਦੇ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਜੋ ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਈ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਸਾਂਸਦ ਤੇ ਕਾਂਗਰਸ ਛੱਡ ਬੀਜੇਪੀ 'ਚ ਸ਼ਾਮਿਲ ਹੋਏ ਰਵਨੀਤ ਬਿੱਟੂ ਤੇ 3ਜਾ ਨਾਂ ਜਲੰਧਰ ਤੋਂ ਸਾਂਸਦ ਸੁਸ਼ੀਲ ਰਿੰਕੂ ਦਾ ਹੈ, ਜੋ ਕੁਝ ਦਿਨ ਪਹਿਲਾਂ ਹੀ ਬੀਜੇਪੀ 'ਚ ਸ਼ਾਮਿਲ ਹੋਏ ਨੇ। ਇਹੀ ਨਹੀਂ, ਪਾਰਟੀ ਨੇ ਇਸ ਵਾਰ 2019 'ਚ ਭਾਜਪਾ ਦੀ ਟਿਕਟ ਤੇ ਦਿੱਲੀ ਤੋਂ ਚੋਣ ਜਿੱਤਣ ਵਾਲੇ ਹੰਸ ਰਾਜ ਹੰਸ ਨੂੰ ਵੀ ਇਸ ਵਾਰ ਫਰੀਦਕੋਟ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ। ਗੁਰਦਾਸਪੁਰ ਸੀਟ ਤੋਂ ਇਸ ਵਾਰ ਭਾਜਪਾ ਨੇ ਸੰਨੀ ਦਿਓਲ ਦੀ ਟਿਕਟ ਕੱਟ ਕੇ ਸਥਾਨਕ ਆਗੂ ਦਿਨੇਸ਼ ਸਿੰਘ ਬੱਬੂ ਨੂੰ ਆਪਣਾ ਉਮੀਦਵਾਰ ਐਲਾਨਿਆ। ਇਸ ਤੋਂ ਇਲਾਵਾ ਬੀਜੇਪੀ ਨੇ ਅੰਮ੍ਰਿਤਸਰ ਤੋਂ ਸਾਬਕਾ IFS ਅਧਿਕਾਰੀ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ, ਜੋ ਕਿ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਦੇ ਵਿੱਚੋਂ ਨੇ। ਲਿਹਾਜ਼ਾ ਹੁਣ ਤੱਕ ਦਿੱਤੀਆਂ ਟਿਕਟਾਂ 'ਚੋਂ ਇੱਕ ਗੱਲ ਤਾਂ ਸਾਫ਼ ਹੋ ਰਹੀ ਹੈ ਕਿ ਪੰਜਾਬ 'ਚ ਪਹਿਲੀ ਵਾਰ ਆਪਣੇ ਦਮ ਤੇ ਇਕੱਲਿਆਂ ਚੋਣ ਲੜਨ ਲਈ ਬੀਜੇਪੀ ਇਸ ਵਾਰ ਬਾਹਰਲੇ ਉਮੀਦਵਾਰਾਂ ਦੀ ਥਾਂ ਸਥਾਨਕ ਚਿਹਰਿਆਂ ਨੂੰ ਹੀ ਤਰਜੀਹ ਦਿੰਦੀ ਦਿਖਾਈ ਦੇ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਬੀਜੇਪੀ ਜਿਸ ਰਣਨੀਤੀ ਨਾਲ ਇਸ ਵਾਰ ਲੋਕ ਸਭਾ ਚੋਣਾਂ ਲੜ ਰਹੀ ਹੈ, ਉਸ 'ਚ ਕਿੰਨੀ ਕੁ ਸਫਲਤਾ ਹਾਸਲ ਕਰਦੀ ਹੈ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਉਧਰ ਪੰਜਾਬ ਦੇ ਵਿੱਚ ਬੀਜੇਪੀ ਦਾ ਘੁਣਵਾ ਲਗਾਤਾਰ ਵੱਧਦਾ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਜਲੰਧਰ ਤੋਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਪੋਰਟਰ ਔਰ ਕੌਂਸਲਰ ਅਤੇ ਹੋਰ ਲੀਡਰ ਨੇ ਜਿਹੜੇ ਉਹਨਾਂ ਨੇ ਬੀਜੇਪੀ ਦੇ ਵਿੱਚ ਆਪਣੀ ਅੱਜ ਸ਼ਮੂਲੀਅਤ ਕਰ ਲਈ ਹੈ, ਜਿਸ ਦੇ ਨਾਲ ਜਲੰਧਰ ਦੇ ਵਿੱਚ ਬੀਜੇਪੀ ਨੂੰ ਵੱਡਾ ਹੁਲਾਰਾ ਮਿਲਿਆ। ਦੇਖਦੇ ਹਾਂ ਇਸ ਰਿਪੋਰਟ। ਦੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਚ ਆਏ ਦਿਨ ਆਪਣੇ ਪੈਰ ਪਸਾਰ ਰਹੀ ਹੈ, ਜਿਸ ਦੇ ਤਹਿਤ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਚ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ। ਕੁਝ ਦਿਨ ਪਹਿਲਾਂ ਜਲੰਧਰ ਤੋਂ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਪਾਰਟੀ ਦਾ ਵੋਟ ਬੈਂਕ ਵਧਦਾ ਨਜ਼ਰ ਆ ਰਿਹਾ, ਜਿਸ ਦੇ ਤਹਿਤ ਅੱਜ ਜਲੰਧਰ ਦੇ ਕਈ ਆਗੂਆਂ ਨੇ ਬੀਜੇਪੀ ਦਾ ਪੱਲਾ ਫੜ ਲਿਆ, ਜਿਸ ਤੋਂ ਬਾਅਦ ਦੁਆਬੇ ਚ ਪਾਰਟੀ ਆਪਣਾ ਲਗਾਤਾਰ ਵਿਸਥਾਰ ਕਰਦੀ ਨਜ਼ਰ ਆ ਰਹੀ ਹੈ। ਅੱਜ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਦਿੱਲੀ ਪ੍ਰਦੇਸ਼ ਬੀਜੇਪੀ ਟੀਮ ਦਾ ਅਤੇ ਖਾਸ ਤੌਰ 'ਤੇ ਬੀਜੇਪੀ ਦਿੱਲੀ ਦੇ ਅਧਿਆਕਸ਼ ਸਚਦੇਵਾ ਸਾਹਿਬ ਦਾ ਅਤੇ ਸਾਡੇ ਰਾਸ਼ਟਰੀ ਮੰਤਰੀ ਮਨਜਿੰਦਰ ਸਿਰਸਾ ਜੀ ਦਾ, ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਦਿੱਲੀ ਆਫਿਸ ਦੇ ਵਿੱਚ ਆਪਣਾ ਇਸ ਕਾਰਜਕ੍ਰਮ ਕਰਨ ਦੇ ਵਿੱਚ ਸਹਿਯੋਗ ਅਤੇ ਆਪਣਾ ਅੱਜ ਸਾਡੇ ਨਾਲ ਇਹਨਾਂ ਨੇ ਇੰਨਾ ਬੜਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਨੂੰ ਮੌਕਾ ਦਿੱਤਾ ਹੈ, ਮੈਂ ਇਹਨਾਂ ਦਾ ਬਹੁਤ ਆਭਾਰੀ ਹਾਂ। ਅੱਜ ਸਾਡੇ ਦਰਮਿਆਨ ਉਚੇਚੇ ਤੌਰ 'ਤੇ ਸੁਸ਼ੀਲ ਰਿੰਕੂ ਜੀ ਉਹ ਸ਼ਖਸੀਅਤ ਹੈ ਜਿਹੜੇ ਇਸ ਸੋ ਕਾਲਡ ਆਮ ਆਦਮੀ ਪਾਰਟੀ ਦੇ ਇੱਕ ਮਾਤਰ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਹੈਗੇ ਅਤੇ ਅੱਜ ਲੋਕ ਸਭਾ ਦੇ ਵਿੱਚ ਚਾਹੇ ਇਲੈਕਸ਼ਨਾਂ ਨੂੰ ਅਜੇ 2 ਮਹੀਨੇ ਪਏ ਹੈ ਪਰ ਇਸ ਪ੍ਰੈਜ਼ੈਂਟ ਲੋਕ ਸਭਾ ਦੇ ਅੰਦਰ ਸੁਸ਼ੀਲ ਰਿੰਕੂ ਜੀ ਦੇ ਬੀਜੇਪੀ ਜੁਆਇਨ ਕਰਨ ਦੇ ਨਾਲ ਲੋਕ ਸਭਾ ਦੇ ਪੂਰੇ ਉਸ ਇਤਿਹਾਸ 'ਚੋਂ ਆਮ ਆਦਮੀ ਪਾਰਟੀ ਦਾ ਨਾਮ ਮਨਫੀ ਹੋ ਗਿਆ। ਅੱਜ ਉੱਥੇ ਇੱਕ ਵੀ ਸਦੱਸਿਅਤਾ ਆਮ ਆਦਮੀ ਪਾਰਟੀ ਕੋਲ ਨਹੀਂ ਬਚੀ ਅਤੇ ਮੈਨੂੰ ਉਮੀਦ ਹੈ ਆਉਣ ਵਾਲੇ ਇਸ ਇਲੈਕਸ਼ਨ ਦੇ ਦੌਰਾਨ ਵੀ ਸਥਿਤੀ ਆ ਹੀ ਰਹੂਗੀ, ਕਿਉਂਕਿ ਜਿੱਥੇ ਸੁਸ਼ੀਲ ਰਿੰਕੂ ਜੀ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਹਾਲਾਤਾਂ 'ਚ ਕੀਤੀ ਹੈ ਜਦੋਂ ਆਲਰੇਡੀ 8 ਸੀਟਾਂ ਪੰਜਾਬ ਦੇ ਅੰਦਰ 13 ਦੇ ਵਿੱਚੋਂ 8 ਸੀਟਾਂ ਦੇ ਉੱਤੇ ਜਿਹੜੇ ਕੈਂਡੀਡੇਟ ਅਨਾਊਂਸ ਕੀਤੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ 'ਚ ਸੁਸ਼ੀਲ ਰਿੰਕੂ ਜੀ 'ਤੇ ਟਿਕਟ ਅਨਾਊਂਸ ਕਰੀ ਬੈਠੇ ਹੈ। ਅੱਜ ਦੇਸ਼ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਦੇਸ਼ ਵਿਕਾਸ ਦੇ ਜਿਹੜੇ ਰਾਹ 'ਤੇ ਪਿਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਰਹਿਨੁਮਾਈ ਦੇ ਵਿੱਚ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਖਾਸ ਤੌਰ 'ਤੇ ਆਪਣਾ ਜਿਹੜਾ ਇਹਨਾਂ ਦਾ ਹਲਕਾ ਹੈ ਜਲੰਧਰ ਉਹਦੇ ਵਿੱਚ ਜੋ ਵਾਅਦੇ ਇਸ ਉਹਨਾਂ ਦੀ ਸੱਚਾਈ ਦੇਖ ਕੇ ਸੁਸ਼ੀਲ ਰਿੰਕੂ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੇ ਨਾਲ ਜੁੜੇ ਹੈ ਇਹਨਾਂ ਦਾ ਇੱਕ ਵਾਰ ਫਿਰ ਤੋਂ ਮੈਂ ਸਵਾਗਤ ਕਰਦਾ। ਇਹਨਾਂ ਦੇ ਨਾਲ ਹੀ ਸੁਸ਼ੀਲ ਅੰਗੁਰਾਲ ਜੀ ਉਹਨਾਂ ਨੇ ਅਸਤੀਫਾ ਦੇ ਕੇ ਮੈਂਬਰ ਪੰਜਾਬ ਲੈਜਿਸਲੇਟਿਵ ਅਸੈਂਬਲੀ MLA ਤੋਂ, ਕਿਉਂਕਿ ਅਜੇ ਵੀ 3 ਸਾਲ ਇਹਨਾਂ ਦੇ ਬਤੌਰ MLA ਪਏ ਆ, ਇਹਨਾਂ ਨੇ ਅਸਤੀਫਾ ਦੇ ਕੇ ਬੀਜੇਪੀ ਜੁਆਇਨ ਕੀਤੀ ਹੈ। ਮੈਂ ਅੰਗੁਰਾਲ ਜੀ ਦਾ ਵੀ ਬਹੁਤ ਬਹੁਤ ਸਵਾਗਤ ਕਰਦਾ ਅਤੇ ਅੱਜ ਇਸ ਪਰਿਵਾਰ ਦੇ ਅੰਦਰ ਜਿਹੜਾ ਵਾਧਾ ਹੋ ਰਿਹਾ, ਜਿਹੜੇ ਸਾਰੇ ਨਾਮ ਇੱਥੇ ਤੁਹਾਡੇ ਸਾਹਮਣੇ ਪੜ੍ਹੇ ਗਏ ਹੈ, ਸਾਡੇ ਡਿਪਟੀ ਮੇਅਰ ਜਲੰਧਰ ਦੇ ਰਹੇ ਹੈ, ਅੱਜ
ਸੀਨੀਅਰ ਜਿਹੜੇ ਸਾਰੇ ਦੋ ਦੋ ਚਾਰ ਚਾਰ ਦਫਾ ਉੱਥੋਂ ਜਲੰਧਰ ਚੋਂ ਮੈਂਬਰ ਕਾਰਪੋਰੇਸ਼ਨ ਦੇ ਰਹੇ ਹੈ, ਸੀਨੀਅਰ ਲੀਡਰਸ ਰਹੇ ਹੈ, ਜਿਹੜੇ ਦੀਜ਼ ਆਰ ਦਾ ਬਿਲਡਿੰਗ ਬਲੋਕਸ ਆਫ ਐਨੀ ਪਾਰਟੀ। ਸਭ ਲੀਡਰ ਬਹੁਤ ਮਿਲ ਜਾਣਗੇ, ਪਰ ਇਸ ਕਿਸਮ ਦੇ ਕਾਰਿਆਕਰਤਾ ਜਿਹੜੇ ਜ਼ਮੀਨ ਨਾਲ ਜੁੜੇ, ਜਿਹੜੇ ਲੋਕਾਂ ਦੇ ਬੈਠ ਕੇ ਲੋਕਾਂ ਦੇ ਨਾਲ ਦੁੱਖ ਸੁੱਖ 'ਚ ਉਹਨਾਂ ਦਾ ਬਾਂਹ ਫੜਦੇ ਆ, ਉਹਦੇ ਨਾਲ ਖੜਦੇ ਆ, ਉਹਨਾਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਦੇ ਆਰ ਦਾ ਕਟਿੰਗ ਐਜ ਆਫ ਐਨੀ ਪੋਲੀਟੀਕਲ ਔਰਗਨਾਈਜੇਸ਼ਨ। ਸਾਹਿਬ ਮੈਂ ਇਹਨਾਂ ਦਾ ਤਹਿ ਦਿਲ ਤੋਂ ਬੀਜੇਪੀ ਜੁਆਇਨ ਕਰਨ 'ਤੇ ਜੀ ਆਇਆ ਆਖਦਾ, ਸਵਾਗਤ ਕਰਦਾ, ਧੰਨਵਾਦ ਕਰਦਾ, ਕਿਉਂਕਿ ਇਹ ਲੋਕ ਹੈ ਜਿਹੜੇ ਬੀਜੇਪੀ ਦਾ ਸੰਦੇਸ਼, ਪ੍ਰਧਾਨ ਮੰਤਰੀ ਮੋਦੀ ਜੀ ਦਾ ਵਿਕਾਸ ਨੂੰ ਲੈ ਕੇ, ਦੇਸ਼ ਅਤੇ ਪੰਜਾਬ ਦੇ ਪ੍ਰਤੀ ਜਿਹੜਾ ਲਗਾਵ ਹੈ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਗੇ। ਸਾਥੀਓ, ਅੱਜ ਦਾ ਦਿਨ ਵੀ ਬੜਾ ਇੱਕ ਇਤਿਹਾਸਿਕ ਦਿਨ ਹੈ, ਇਤਿਹਾਸਿਕ ਇਨ ਦਾ ਸੈਂਸ ਅੱਜ ਬਹੁਤ ਸਾਰੇ ਖੁਲਾਸੇ ਹੋ ਰਹੇ ਹੈ, ਅਸਲ ਚਿਹਰੇ ਸਾਹਮਣੇ ਆ ਰਹੇ ਹੈ, ਪਰਦੇ ਕਹਿੰਦੇ ਜੀ ਪਰਦਾ ਉੱਠਣੇ ਵਾਲਾ ਹੈ, ਅੱਜ ਤਾਂ ਪਰਦਾ ਉੱਠ ਗਿਆ, ਕਿਉਂਕਿ ਇੱਥੋਂ ਥੋੜ੍ਹੀ ਦੂਰ 'ਤੇ, ਇੱਥੋਂ ਕਿੰਨਾ ਡਿਸਟੈਂਸ ਹੋਣਾ ਹੈ ਜੀ ਰਾਮਲੀਲਾ ਮੈਦਾਨ ਦਾ? ਆਪਾਂ ਰਾਮਲੀਲਾ ਮੈਦਾਨ ਦੀ ਛਾਂ 'ਚ ਬੈਠੇ ਹਾਂ, ਇਹ ਉਹ ਰਾਮਲੀਲਾ ਮੈਦਾਨ ਹੈ। ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ 'ਚ ਕਾਂਗਰਸ ਲੀਡਰਸ਼ਿਪ ਨੇ ਦੋ ਵਾਰੀ ਸੋਚਿਆ ਵੀ ਨਹੀਂ ਵੀ ਕਿਹੜੀ ਜਗ੍ਹਾ 'ਤੇ ਜਾ ਕੇ ਅੱਜ ਇੱਕ ਐਡਾ ਵੱਡਾ ਕਹਿੰਦੇ ਅਸੀਂ ਸਮਰਥਨ ਰੈਲੀ ਕਰਨ ਲੱਗੇ ਹਾਂ। ਸਭ ਆਰ ਉਸ ਰਾਮਲੀਲਾ ਦੇ ਨਾਮ ਦੇ ਉੱਤੇ ਜਿੱਥੇ ਹਰ ਸਾਲ ਦਿੱਲੀ ਦੀ ਰਾਮਲੀਲਾ ਸਾਹਿਬ ਦੁਨੀਆਂ 'ਚ ਮਸ਼ਹੂਰ ਹੈ, ਇੱਥੇ ਫੋਰਨ ਡਿਗਨੀਟਰੀਜ਼ ਵੀ ਆ ਕੇ ਇੱਥੇ ਸਚਦੇਵਾ ਸਾਹਿਬ ਤੁਹਾਡੇ ਤੋਂ ਲੁਕਿਆ ਨਹੀਂ, ਕਿਉਂਕਿ ਤੁਹਾਡੇ ਤਾਂ ਸਾਰੇ ਸਹਿਯੋਗ ਨਾਲ ਹੁੰਦਾ ਹੈ। ਇਹ ਉਹੀ ਰਾਮਲੀਲਾ ਹੈ ਜਿਨ੍ਹਾਂ ਦੇ ਰਾਮਲੀਲਾ ਦੀ ਪ੍ਰਾਣ ਪ੍ਰਤਿਸ਼ਠਾ ਕਰਨ ਦੇ ਵਿੱਚ ਆਹੀ ਕਾਂਗਰਸ ਦੀ ਲੀਡਰਸ਼ਿਪ ਜਿੱਥੇ ਜਾਣ ਤੋਂ ਸੰਗ ਕਰਦੇ ਸੀ ਵੀ ਅਸੀਂ ਜਾਂਦੇ ਨਹੀਂ। ਆ ਇੱਕ ਇਤਿਹਾਸਿਕ ਇਸ ਕਾਂਗਰਸ ਪਾਰਟੀ ਲੀਡਰਸ਼ਿਪ ਦਾ ਮੈਂ ਦੇਖਦਾ ਵੀ ਇਹਨਾਂ ਦਾ ਜਿਹੜਾ ਅਸਲ ਚਿਹਰਾ ਹੈ ਉਹਨਾਂ ਦੇ ਵਿੱਚ ਕਿਹਦਾ ਕਸੂਰ ਹੈ, ਕਿਉਂਕਿ ਤੁਸੀਂ ਦੇਖੋਗੇ ਜਿਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਜੀ ਦੇ ਆਹ ਗੱਲ ਦਿਮਾਗ 'ਚ ਪਾਈ ਵੀ ਜੇ ਤੁਸੀਂ ਉੱਥੇ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਉਸ ਸਮਾਰੋਹ 'ਚ ਸ਼ਾਮਿਲ ਹੋ ਗਏ ਤਾਂ ਬੜਾ ਘੋਰ ਅਨਿਆਏ ਹੋ ਜੂਗਾ। ਉਹ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ A to Z ਕੋਈ ਨਹੀਂ ਬਚਿਆ ਹੋਣਾ, ਸਾਹਿਬ ਸਾਰੇ ਉੱਥੇ ਜਾ ਕੇ ਲੁਕਾ ਛਿੱਪੀ ਜਾ ਕੇ ਮੱਥਾ ਟੇਕ ਆਏ, ਬਾਅਦ 'ਚ ਕੋਈ ਉਦੋਂ ਜਾਇਆ, ਕੋਈ ਬਾਅਦ 'ਚ ਜਾਇਆ, ਕੋਈ ਪਹਿਲਾਂ ਝੁੱਬੀ ਮਾਰਿਆ, ਉੱਥੇ ਸਾਰੇ ਜਾ ਕੇ ਆਏ। ਰਹਿ ਕੌਣ ਗਿਆ? ਅੰਗੁਰਾਲ ਜੀ ਦੇਖੋ ਇੱਕ ਬੰਦਾ ਰਹਿ ਗਿਆ, ਉਹ ਰਹਿ ਗਏ ਰਾਹੁਲ ਗਾਂਧੀ ਜੀ, ਬਾਕੀ ਸਾਰੇ ਜਾਏ। ਬਹੁਤ ਬਹੁਤ ਧੰਨਵਾਦ ਦਿੱਲੀ ਪ੍ਰਦੇਸ਼ ਦੇ ਪ੍ਰੈਜੀਡੈਂਟ ਸਚਦੇਵਾ ਸਾਹਿਬ, ਮਨਜਿੰਦਰ ਸਿੰਘ ਸਿਰਸਾ ਸਾਹਿਬ ਔਰ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਅਧਿਅਕਸ਼ ਸੁਨੀਲ ਜਾਖੜ ਜੀ, ਜਲੰਧਰ ਦੇ ਸਾਡੇ ਭਾਜਪਾ ਦੇ ਅਧਿਅਕਸ਼ ਸੁਸ਼ੀਲ ਸ਼ਰਮਾ ਜੀ, MLA ਸ਼ੀਤਲ ਅੰਗੁਰਾਲ ਜੀ, ਅਸ਼ੋਕ ਸਰੀਨ ਹਿੱਕੀ ਜੀ ਜੋ ਕਿ ਜਨਰਲ ਸੈਕਟਰੀ ਹਨ ਜਲੰਧਰ ਦੇ ਵਿੱਚ। ਅੱਜ ਜਿੰਨੀ ਵੀ ਜਲੰਧਰ ਦੀ ਉਹ ਕਰੀਮ ਸੀਨੀਅਰ ਲੀਡਰਸ਼ਿਪ ਅੱਜ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਦਾਮਨ ਆ ਜਿਹੜਾ ਉਹ ਪਕੜਿਆ, ਕੁਛ ਤਾਂ ਸਾਥੀ ਉਹ ਸਨ ਜਿਨ੍ਹਾਂ ਦੀ ਪੈਦਾਇਸ਼ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਈ ਸੀ, ਔਰ ਕੁਛ ਸਾਥੀ ਉਹ ਸਨ ਜਿਹੜੇ ਕਿ ਜਿਨ੍ਹਾਂ ਦਾ ਬੈਕਗਰਾਊਂਡ ਹੈ ਜਿਹੜਾ ਉਹਨਾਂ ਦੇ ਪਰਿਵਾਰਿਕ ਤੌਰ 'ਤੇ ਅਕਾਲੀ ਦਲ ਦੇ ਨਾਲ ਜੁੜੇ ਰਹੇ। ਕੁਛ ਪਰਿਵਾਰ ਇਹੋ ਜਿਹੇ ਹੈ ਕਿ ਜਿਨ੍ਹਾਂ ਨੇ ਸਾਰੀ ਉਮਰ
ਕਾਂਗਰਸ ਪਾਰਟੀ ਦੀ ਸੇਵਾ ਕੀਤੀ ਔਰ ਅੱਜ ਸਾਰਿਆਂ ਨੇ ਇਹ ਮਨ ਬਣਾਇਆ ਕਿ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿਕਾਸ ਦੀ ਲਹਿਰ ਚਲਾ ਰਹੇ ਹੈ ਔਰ ਉਹੀ ਵਿਕਾਸ ਦੀ ਲਹਿਰ ਹੈ ਜਿਹੜੀ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਵੀ ਚੱਲੇ ਸਾਡਾ ਜਲੰਧਰ ਹੈ ਜਿਹੜਾ ਦੇਸ਼ ਦੇ ਦੂਸਰੇ ਸੂਬਿਆਂ ਦੀ ਤਰ੍ਹਾਂ ਤਰੱਕੀ ਕਰੇ ਇਸ ਸੋਚ ਦੇ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੈ। ਮੈਂ ਉਹਨਾਂ ਸਾਰੇ ਪਰਿਵਾਰਾਂ ਦਾ ਕੌਂਸਲਰ ਸਾਹਿਬਾਨ ਸੀਨੀਅਰ ਲੀਡਰਸ਼ਿਪ ਔਰ ਸਾਰੇ ਜਿੰਨੇ ਵੀ ਸਾਥੀ ਅੱਜ ਸ਼ਾਮਿਲ ਹੋਏ ਹੈ ਸ਼ੀਤਲ ਅੰਗੁਰਾਲ ਜੀ ਉਹਨਾਂ ਦੀ ਅਧਿਕਸ਼ਤਾ ਦੇ ਵਿੱਚ ਮੈਂ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ ਔਰ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਆਉਣ ਵਾਲਾ ਜਿਹੜਾ ਚੋਣਾਂ ਦਾ ਦੌਰ ਹੈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਜਾਖੜ ਸਾਹਿਬ ਤੁਹਾਡੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਲੰਧਰ ਹੈ ਇੱਕ ਜਿਹੜਾ ਨਵਾਂ ਇਤਿਹਾਸ ਲਿਖਣ ਜਾ ਰਿਹਾ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਝੰਡਾ ਉਹ ਜਲੰਧਰ ਦੇ ਵਿੱਚ ਬੁਲੰਦ ਹੋਏਗਾ। ਬਹੁਤ ਬਹੁਤ ਧੰਨਵਾਦ, ਜੈ ਹਿੰਦ ਜੈ ਭਾਰਤ। ਬਹੁਤ ਬਹੁਤ ਧੰਨਵਾਦ ਮਾਨੇ ਵਰਿੰਦਰ ਸਚਦੇਵਾ ਜੀ ਕਾ, ਅਧਿਕਸ਼ ਭਾਰਤੀ ਜਨਤਾ ਪਾਰਟੀ ਦਿੱਲੀ ਪ੍ਰਦੇਸ਼ ਸੁਨੀਲ ਜਾਖੜ ਸਾਹਿਬ ਕਾ, ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਸੂਬਾ ਸੁਨੀਲ ਰਿੰਕੂ ਜੀ ਦਾ, ਜਿਹੜੇ ਸਾਡੇ ਸਾਂਸਦ ਨੇ ਔਰ ਬਹੁਤ ਹਿੰਮਤੀ ਨੇ ਜਿਨ੍ਹਾਂ ਨੇ ਜਾਖੜ ਸਾਹਿਬ ਨੂੰ ਦੱਸਿਆ ਕਿੰਨਾ ਹਾਲਾਤਾਂ ਦੇ ਅੰਦਰ ਐਮ ਪੀ ਹੋਣ ਦੇ ਬਾਅਦ ਟਿਕਟ ਹੋਣ ਦੇ ਬਾਅਦ ਜੋ ਉੱਥੇ ਬੇਈਮਾਨੀ ਔਰ ਕਰਪਸ਼ਨ ਦੇਖੀ ਉਸਨੂੰ ਦੇਖ ਕੇ ਮੈਨੂੰ ਲੱਗਦਾ ਕਿ ਇਹ ਵੀ ਸ਼ਾਇਦ ਇਤਿਹਾਸ ਦੇ ਅੰਦਰ ਕਦੀ ਹੋਇਆ ਨਹੀਂ ਹੋਊਗਾ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਫਿਰ ਉਸੇ ਕੌਂਸਟੀਚੁਐਂਸੀ ਤੋਂ ਟਿਕਟ ਮਿਲੀ ਹੋਵੇ ਔਰ ਉਹ ਛੱਡ ਕੇ ਇਸ ਕਰਕੇ ਜਾਣ ਕਿਉਂਕਿ ਉਹ ਦੇਖਣ ਕਿ ਜੋ ਇੱਥੋਂ ਦੇ ਹਾਲਾਤ ਨੇ ਉਹ ਕੇਵਲ ਔਰ ਕੇਵਲ ਬੇਈਮਾਨੀ। ਔਰ ਸਾਡੇ ਸਤਿਕਾਰਯੋਗ ਉੱਥੋਂ ਦੇ ਐਮ ਐਲ ਏ ਅੰਗੁਰਾਲ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਆਪ ਸਭ ਕਾ ਬਹੁਤ ਬਹੁਤ ਧੰਨਵਾਦ ਹੈ ਅੱਜ ਦਿੱਲੀ ਔਰ ਜਿਨ ਸਭੀ ਹਮਾਰੇ ਪਾਰਟੀ ਕੇ ਸਾਥ ਜੋੜਨੇ ਕਾ ਕਾਮ ਜਿਨ ਲੋਗੋ ਨੇ ਕੀਆ ਔਰ ਬਹੁਤ ਬੜੀ ਤਾਦਾਦ ਮੇਂ ਕੌਂਸਲਰ ਸਾਹਿਬਾਨ, ਸਿਟਿੰਗ ਕੌਂਸਲਰ, ਅਲੱਗ ਅਲੱਗ ਸੰਸਥਾਓਂ ਕੇ ਮੁਖੀ, ਅਲੱਗ ਅਲੱਗ ਫੀਲਡ ਮੇਂ ਕਾਮ ਕਰਨੇ ਵਾਲੇ, ਆਪਣੀ ਪ੍ਰਧਾਨ ਮੰਤਰੀ ਜੀ ਕੀ ਅਗਵਾਈ ਮੇਂ, ਮੋਦੀ ਜੀ ਕੀ ਅਗਵਾਈ ਮੇਂ ਆਜ ਭਾਰਤੀ ਜਨਤਾ ਪਾਰਟੀ ਮੇਂ ਜੁੜੇ, ਮੈਂ ਉਨਕੋ ਵੀ ਬਹੁਤ ਬਹੁਤ ਵਧਾਈ ਦੇਤਾ ਹੂੰ। ਅਭੀ ਸੁਨੀਲ ਜਾਖੜ ਸਾਹਿਬ ਨੇ ਇੱਕ ਬਾਤ ਬਹੁਤ ਅੱਛੀ ਕਹੀ, ਜੋ ਲੋਕ ਪ੍ਰਭੂ ਰਾਮ ਜੀ ਕੀ ਰਾਮ ਪ੍ਰਤਿਸ਼ਠਾ ਮੇਂ ਕੇਵਲ ਇਸ ਲਈ ਨਹੀਂ ਜਾ ਰਹੇ ਥੇ ਕਿਉਂਕਿ ਉਹ ਇੱਕ ਵਰਗ ਕੀ ਵੋਟ ਕੋ ਖੋਨਾ ਨਹੀਂ ਚਾਹਤੇ ਥੇ, ਪ੍ਰਭੂ ਰਾਮ ਕੀ ਤਾਕਤ ਦੇਖੀਏ, ਉਨਕੋ ਵਹੀਂ ਆ ਕੇ ਸਜਦਾ ਕਰਨਾ ਪੜਾ, ਇਹ ਰਾਮ ਕੀ ਲੀਲਾ ਹੈ ਕਿ ਰਾਮ ਕੇ ਮੈਦਾਨ, ਰਾਮ ਲੀਲਾ ਮੈਦਾਨ ਮੇਂ ਤੁਮੇ ਆਨਾ ਹੀ ਪੜਾ, ਤੁਮ ਬਹੁਤ ਭਾਗਤੇ ਥੇ ਇਸ ਨਾਮ ਸੇ, ਲੇਕਿਨ ਤੁਮੇ ਆ ਕਰ ਸੀ ਝੁਕਾਨਾ ਹੀ ਪੜਾ, ਯੇ ਹੈ ਭਗਵਾਨ ਕੀ ਤਾਕਤ ਜਿਸਕੇ ਆਗੇ ਤੁਮੇ ਝੁਕਣਾ ਹੀ ਪੜਾ। ਔਰ ਮੈਂ ਬਾਤ ਆਜ ਇੱਕ ਔਰ ਕਹਿਣਾ ਚਾਹਤਾ ਹੂੰ, ਅਧਿਕਸ਼ ਜੀ ਆਜ ਪੂਰਾ ਦੇਸ਼ ਦੇਖ ਰਹਾ ਹੈ, ਇੱਕ ਨਜ਼ਾਰਾ ਹੈ ਮੇਰਠ ਮੇਂ, ਜਾਂ ਦੇਸ਼ ਕੇ ਪ੍ਰਧਾਨ ਮੰਤਰੀ ਆਜ ਭਾਰਤੀ ਜਨਤਾ ਪਾਰਟੀ ਕੇ ਚੁਣਾਵ ਕੀ ਰੈਲੀ ਕੋ ਸੰਬੋਧਿਤ ਕਰ ਰਹੇ ਹੈ, ਉਨਕੇ ਸਾਥ ਕੌਣ ਹੈ? ਅਰੁਣ ਗੋਵਿਲ ਜੀ, ਪ੍ਰਭੂ ਰਾਮ ਜੀ ਕਾ ਕਿਰਦਾਰ ਨਿਭਾਨੇ ਵਾਲੇ, ਇੱਕ ਤਰਫ ਉਹ ਲੋਕ ਹੈ ਜੋ ਧਰਮ ਕੀ ਬਾਤ ਕਰਨੇ ਵਾਲੇ ਹੈ, ਪ੍ਰਭੂ ਰਾਮ ਜੀ ਕਾ ਕਿਰਦਾਰ ਨਿਭਾਨੇ ਵਾਲੇ ਲੋਕ ਹੈ, ਉਨਕੀ ਭਾਵਨਾਓਂ ਮੇਂ ਜੀਨੇ ਵਾਲੇ ਲੋਕ ਹੈ, ਔਰ ਇੱਕ ਤਰਫ ਉਹ ਲੋਕ ਹੈ ਜੋ ਸ਼ਰਾਬ ਘੋਟਾਲੇ ਕਰਨੇ ਵਾਲੇ ਲੋਕ ਹੈ, ਜੋ ਜੇਲ੍ਹ ਔਰ ਬੇਲ ਵਾਲੇ ਲੋਕ ਹੈ,
आज देश तय करेगा क्या प्रभु राम के लोगों के साथ जाना है या शराब और नशा तस्करों के साथ जाना है। देश आज एक ही बात में, एक ही वाक्य में आज देश तय कर लेगा। एक तरफ प्रभु राम के साथ देश के प्रधानमंत्री मोदी जी होंगे और दूसरी तरफ शराब तस्करों के साथ राहुल गांधी होंगे। सो देश आज फैसला कर लेगा कि किधर जाना है। आप सबका बहुत बहुत धन्यवाद, मीडिया के पन्नुओं का भी बहुत बहुत धन्यवाद, साढ़े सारे मध्यजीन लोगों का भी बहुत बहुत धन्यवाद। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।